ਮੈਂ ਪੰਜਾਬੀ ਫੂਡ ਹੀ ਪ੍ਰੋਵਾਈਡ ਕਰਵਾਉਂਦੀ ਹਾਂ, ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ। ਅਤੇ ਗਰਮੀ ਦੇ ਵਿੱਚ ਆਪਣਾ ਸੀਗਾ ਜਿਹੜਾ ਸਿੰਪਲ ਰਾਜਮਾਂਹ ਕੜੀ ਚਾਵਲ ਹੋ ਗਏ ਜਾਂ ਮੈਂ ਜਦੋਂ ਤੋਂ ਕੰਮ ਸਟਾਰਟ ਕੀਤਾ ਮੈਨੂੰ ਕਿਸੇ ਨੇ ਕਿਸੇ ਵੀ ਮੈਂ ਕੋਈ ਗਲਤ ਨਜ਼ਰ ਨਾਲ ਨਹੀਂ ਦੇਖਿਆ, ਕਿਸੇ ਨੇ ਕੁਛ ਇਹ ਨਹੀਂ ਕਿਹਾ ਕਿ ਹਾਂਜੀ ਵੀ ਤੂੰ ਗਲਤ ਹੈ, ਤੂੰ ਇਹ ਕਿਉਂ ਕਰ ਰਹੀ ਹੈ, ਕੀ ਕਰ ਰਹੀ ਹਾਂ। ਮੇਰੀ ਫੈਮਿਲੀ ਦੇ ਵਿੱਚ ਵੀ ਮੇਰੇ ਬ੍ਰਦਰ ਸਿਸਟਰ ਮੰਮੀ ਡੈਡੀ ਰਿਸ਼ਤੇਦਾਰ ਮਤਲਬ ਸਭ ਨੂੰ ਪਤਾ ਲੱਗਿਆ, ਜੋ ਕਿਸੇ ਨੇ ਵੀ ਮੈਨੂੰ ਗਲਤ ਨਹੀਂ ਕਿਹਾ ਇਸ ਚੀਜ਼ 'ਚ। ਮੈਨੂੰ 1 ਸਾਲ ਹੋ ਚੁੱਕਿਆ, ਮਤਲਬ ਲਾਸਟ ਈਅਰ 6 ਸਪਟੈਂਬਰ ਨੂੰ ਮੈਂ ਸਟਾਰਟ ਕੀਤਾ ਸੀਗਾ ਅਤੇ ਹੁਣ ਨੈਕਸਟ ਈਅਰ ਮੈਨੂੰ 1 ਸਾਲ ਹੋ ਜਾਏਗਾ ਸਟਾਰਟ ਕੀਤੇ ਹੋਏ। ਸਰ ਮੈਂ ਪੰਜਾਬੀ ਫੂਡ ਹੀ ਪ੍ਰੋਵਾਈਡ ਕਰਵਾਉਂਦੀ ਹਾਂ, ਜਿਹਦੇ ਵਿੱਚ ਸਰਦੀ ਦੇ ਵਿੱਚ ਮੈਂ ਲਾਸਟ ਈਅਰ ਸਰਦੀ ਸਟਾਰਟ ਹੋਣ 'ਤੇ ਮਤਲਬ ਕੀਤਾ ਸੀਗਾ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ। ਅਤੇ ਗਰਮੀ ਦੇ ਵਿੱਚ ਆਪਣਾ ਸੀਗਾ ਜਿਹੜਾ ਸਿੰਪਲ ਰਾਜਮਾਂਹ ਕੜੀ ਚਾਵਲ ਹੋ ਗਏ ਜਾਂ ਸਿੰਪਲ ਸਬਜ਼ੀ ਲੰਚ ਥਾਲੀ, ਜੋ ਘਰ ਦਾ ਖਾਣਾ ਜੋ ਬਿਨਾਂ ਮਿਰਚ ਮਸਾਲੇ ਤੋਂ ਪ੍ਰੋਵਾਈਡ ਕਰਵਾਉਂਦੇ ਹਾਂ। ਮੇਰਾ ਸਰ ਵਿਦੇਸ਼ ਜਾਣ ਨੂੰ ਮਤਲਬ ਮੇਰੇ ਜੋ ਬ੍ਰਦਰ ਸਿਸਟਰ ਹੈਗੇ ਆ ਉਹ ਆਸਟ੍ਰੇਲੀਆ ਵੈਲ ਸੈਟਲਡ ਨੇ, ਤਾਂ ਉਹ ਮੈਨੂੰ ਕਹਿੰਦੇ ਰਹਿੰਦੇ ਆ ਕਿ ਹਾਂ, ਉਹਨਾਂ ਨੂੰ ਇਹ ਹੁੰਦਾ ਕਿ ਮੈਂ ਇਕੱਲੀ ਹਾਂ ਇੱਥੇ, ਕਿ ਹਾਂ ਇਹ ਵੀ ਇੱਥੇ ਆ ਕੇ ਸੈੱਟ ਹੋ ਜਾਵੇ ਕਿ ਮੈਨੂੰ, ਬਟ ਮੈਨੂੰ ਇਹ ਆ ਵੀ ਮੈਂ ਪੰਜਾਬ ਦੇ ਵਿੱਚ ਰਹਿ ਕੇ ਹੀ ਕੰਮ ਕਰਨਾ ਚਾਹੁੰਦੀ ਹਾਂ। ਉਹਨਾਂ ਦੀ ਜੋ ਲਾਈਫ ਆ ਉਹ ਦੱਸਦੇ ਰਹਿੰਦੇ ਆ ਮੈਨੂੰ, ਉਹ ਤੋਂ ਵਧੀਆ ਲੱਗਦਾ ਕਿ ਹਾਂ ਪੰਜਾਬ ਦੇ ਵਿੱਚ ਰਹਿ ਕੇ ਹੀ ਆਪਾਂ ਨੂੰ ਕੰਮ ਕਰਨਾ ਜਿਹੜਾ ਹੈਗਾ, ਵੀ ਜੇ ਆਪਾਂ ਉੱਥੇ ਜਾ ਕੇ ਜਿਹੜੀ ਮਿਹਨਤ ਕਰਨੀ ਉਹ ਆਪਾਂ ਇੱਥੇ ਰਹਿ ਕੇ ਉਹੀ ਮਿਹਨਤ ਕਰਕੇ ਉਨੀ ਮਿਹਨਤ ਕਰਕੇ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਵੀ ਕਾਮਯਾਬ ਹੋ ਸਕਦੇ ਹਾਂ। ਜਿੱਦਾਂ ਕਿ ਵੱਡੇ ਸ਼ਹਿਰਾਂ 'ਚ ਲੜਕੀਆਂ ਆਪਾਂ ਦੇਖਦੇ ਕੰਮ ਕਰਦੇ ਹਾਂ, ਅਤੇ ਇਸ ਤਰ੍ਹਾਂ ਦੇ ਆਪਣਾ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਕਰਨਾ ਕਦੇ ਔਖਾ ਨਹੀਂ ਲੱਗਿਆ? ਹਾਂਜੀ ਸਰ ਹੋਈ ਬਿਲਕੁਲ, ਸ਼ੁਰੂ ਦੇ ਵਿੱਚ ਬਹੁਤ ਮਤਲਬ ਲੱਗਦਾ ਸੀਗਾ ਜਦੋਂ ਸਟਾਰਟ ਕਰਨਾ ਸੀ ਕੰਮ, ਕਿ ਵੀ ਲੋਕ ਕੀ ਕਹਿਣਗੇ, ਮੇਰੀ ਫੈਮਿਲੀ ਕੀ ਕਹੂਗੀ, ਮੈਂ ਕਿਉਂਕਿ ਉਹਨਾਂ ਨੂੰ ਬਿਨਾਂ ਦੱਸੇ ਕੰਮ ਸਟਾਰਟ ਕੀਤਾ ਸੀਗਾ। ਪਰ ਹੌਲੀ ਹੌਲੀ ਜਿੱਦਾਂ ਜਿੱਦਾਂ ਮੈਂ ਕੰਮ ਸਟਾਰਟ ਕੀਤਾ ਮੈਨੂੰ ਰਿਸਪੋਂਸ ਵਧੀਆ ਮਿਲਿਆ, ਫਿਰ ਹੌਲੀ ਹੌਲੀ ਆਪਣੇ ਆਪ ਹੌਸਲਾ ਵੱਧਦਾ ਗਿਆ ਕਿ ਹਾਂ ਮੈਂ ਇਸ ਤੋਂ ਵਧੀਆ ਵੀ ਕੰਮ ਕਰ ਸਕਦੀ ਹਾਂ, ਹੋਰ ਮਿਹਨਤ ਕਰਕੇ ਜੋ ਹੈਗੀ ਆ ਵੀ ਇਸ ਤੋਂ ਅੱਗੇ ਵੀ ਵੱਧ ਸਕਦੀ ਹਾਂ। ਲੋਕਾਂ ਦਾ ਕੀ ਰਿਐਕਸ਼ਨ ਹੁੰਦਾ ਇੱਥੇ ਜਦੋਂ ਤੁਹਾਡੇ ਕੋਲ ਕੋਈ ਖਾਣ ਆਉਂਦਾ? ਲੋਕ ਸਰ ਬਾਕੀ ਇਹ ਆਪਣੇ 'ਚ ਗੱਠਸ ਹੋਣੇ ਚਾਹੀਦੇ ਆ, ਜਜ਼ਬਾ ਹੋਣਾ ਚਾਹੀਦਾ, ਜਨੂਨ ਹੋਣਾ ਚਾਹੀਦਾ ਕਿ ਹਾਂਜੀ ਮੈਂ ਮਿਹਨਤ ਕਰਨੀ ਆ, ਮੈਂ ਕੰਮ ਕਰਨਾ। ਜਿਵੇਂ ਆਪਾਂ ਬਾਹਰ ਜਾ ਕੇ ਜੋ ਕੰਮ ਕਰਦੇ ਹਾਂ, ਜਿਵੇਂ ਦਾ ਜੋ ਫੀਲਿੰਗ ਆਪਣੀ ਉੱਥੇ ਹੁੰਦੀ ਆ, ਉਹੀ ਫੀਲਿੰਗ ਨੂੰ ਆਪਣੀ ਜੋ ਸੋਚ ਹੈ, ਆਪਣੀ ਨੀਅਤ ਆ, ਉਹ ਸਹੀ ਅਤੇ ਸਾਫ਼ ਸੁਥਰੀ ਹੋਣੀ ਚਾਹੀਦੀ ਆ। ਤਾਂ ਇੱਥੇ ਵੀ ਆਪਾਂ ਨੂੰ ਕੋਈ ਵੀ ਕੁਛ ਨਹੀਂ ਕਹਿ ਸਕਦਾ, ਮਤਲਬ ਮੈਂ ਜਦੋਂ ਤੋਂ ਕੰਮ ਸਟਾਰਟ ਕੀਤਾ ਮੈਨੂੰ ਕਿਸੇ ਵੀ ਮੈਂ ਕੋਈ ਗਲਤ ਨਜ਼ਰ ਨਾਲ ਨਹੀਂ ਦੇਖਿਆ, ਕਿਸੇ ਨੇ ਕੁਛ ਇਹ ਨਹੀਂ ਕਿਹਾ ਕਿ ਹਾਂਜੀ ਵੀ ਤੂੰ ਗਲਤ ਹੈ, ਤੂੰ ਇਹ ਕਿਉਂ ਕਰ ਰਹੀ ਹੈ, ਕੀ ਕਰ ਰਹੀ ਹਾਂ। ਮੇਰੀ ਫੈਮਿਲੀ ਦੇ ਵਿੱਚ ਵੀ ਮੇਰੇ ਬ੍ਰਦਰ ਸਿਸਟਰ ਮੰਮੀ ਡੈਡੀ
ਰਿਸ਼ਤੇਦਾਰ ਮਤਲਬ ਸਭ ਨੂੰ ਪਤਾ ਲੱਗਿਆ, ਜੋ ਕਿਸੇ ਨੇ ਵੀ ਮੈਨੂੰ ਗਲਤ ਨਹੀਂ ਕਿਹਾ ਇਸ ਚੀਜ਼ 'ਚ। ਹਾਂਜੀ ਹਾਂਜੀ, ਸਭ ਨੇ ਮੈਨੂੰ ਮੋਟੀਵੇਟ ਹੀ ਕੀਤੀ ਆ, ਮਤਲਬ ਕਿਸੇ ਨੇ ਡੀਮੋਟੀਵੇਟ ਨਹੀਂ ਕੀਤਾ। ਅੱਗੇ ਲਈ ਕੀ ਸੁਪਨਾ ਹੈ ਤੁਹਾਡਾ? ਅੱਗੇ ਲਈ ਸਰ ਇਹੀ ਸੋਚਦੇ ਹਾਂ ਵੀ ਹਾਂ, ਜੇ ਲੋਕਾਂ ਦਾ ਪਿਆਰ ਮਿਲਦਾ ਰਿਹਾ ਕਿ ਮਤਲਬ ਤਾਂ ਇਸ ਤੋਂ ਅੱਗੇ ਵਧਣ ਦੀ ਕੋਸ਼ਿਸ਼ ਹੈ ਵੀ ਹੋਰ ਵਧੀਆ ਕੋਈ ਸ਼ੋਪ ਲੈਂਦੇ ਹਾਂ ਤਾਂ ਅੱਗੇ, ਕਿਉਂਕਿ ਇੱਥੇ ਦਿੱਕਤ ਆਉਂਦੀ ਹੈ, ਮੀਂਹ ਆ ਜਾਂਦਾ ਜਾਂ ਤਾਂ ਵੀ ਪਰੇਸ਼ਾਨੀ ਹੁੰਦੀ ਆ, ਜਿੱਦਾਂ ਗਰਮੀ ਹੁੰਦੀ ਆ ਜ਼ਿਆਦਾ, ਗਰਮੀ ਦੇ ਵਿੱਚ ਵੀ ਸਰਦੀ ਦੇ ਵਿੱਚ ਵੀ ਪਰੇਸ਼ਾਨੀ ਤਾਂ ਹੁੰਦੀ ਆ, ਮਤਲਬ ਤਾਂ ਇਹ ਆ ਵੀ ਹਾਂ ਅੱਗੇ ਹੋਰ ਸ਼ੋਪ ਲਈਏ ਤਾਂ ਵਧੀਆ। ਲੜਕੀਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਘਰ ਦੀ ਦਹਿਲੀ ਧੱਕੀ ਰਹਿੰਦੀਆਂ ਨੇ, ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ? ਉਹਨਾਂ ਨੂੰ ਸਰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜੇ ਉਹਨਾਂ ਦਾ ਮਤਲਬ ਉਹ ਚਾਹੁੰਦੀਆਂ ਨੇ, ਉਹਨਾਂ ਦੇ ਅੰਦਰ ਇੱਛਾ ਕਿ ਅਸੀਂ ਵੀ ਕੰਮ ਕਰਨਾ, ਤਾਂ ਆਪਣੀ ਫੈਮਲੀ ਨਾਲ ਡਿਸਕਸ ਕਰਨ, ਉਹ ਕਿ ਅਸੀਂ ਕੰਮ ਕਰਨਾ ਚਾਹੁੰਦੇ ਹਾਂ, ਤਾਂ ਉਹਨਾਂ 'ਚ ਗਟਸ ਹੋਣਗੇ, ਆਪਣੀ ਫੈਮਲੀ ਨਾਲ ਡਿਸਕਸ ਕਰਨਗੇ ਤਾਂ ਉਹ ਵੀ ਅੱਗੇ ਵੱਧ ਸਕਦੇ ਆ। ਪਰ ਖੁਦ ਦੇ ਵਿੱਚ ਆਪਣੇ 'ਚ ਦਲੇਰੀ ਅਤੇ ਹੌਸਲਾ ਹੋਣਾ ਚਾਹੀਦਾ ਕਿ ਜੇ ਆਪਾਂ ਘਰੋਂ ਬਾਹਰ ਨਿਕਲ ਕੇ ਇੱਛਾ ਰੱਖਾਂਗੇ ਕੰਮ ਕਰਨ ਦੀ, ਆਪ ਸਟੈਪ ਲਵਾਂਗੇ, ਤਾਂ ਹੀ ਆਪਣੇ ਨਾਲ ਆਪਣੇ ਘਰ ਦੇ ਆ ਜਿਹੜੇ ਉਹ ਸਾਥ ਦੇਣਗੇ। ਜੇ ਆਪਾਂ ਖੁਦ ਹੀ ਨਹੀਂ ਮਤਲਬ ਕੋਈ ਸਟੈਪ ਲਵਾਂਗੇ ਤਾਂ ਕੁਛ ਨਹੀਂ ਹੋ ਸਕਦਾ।